are watching Channel Y. Channel Y, a South Asian Canadian channel. ਲੋਕ ਸਭਾ ਚੋਣਾਂ ਨੂੰ ਲੈ ਕੇ ਚੈਨਲ ਵਾਈ ਦੀ ਟੀਮ ਲਗਾਤਾਰ ਪੰਜਾਬ ਦੇ ਵਿੱਚ ਜਾ ਰਹੀ ਹੈ ਅਤੇ ਇਸ ਸਮੇਂ ਅਸੀਂ ਸਭ ਤੋਂ ਹੋਟ ਸੀਟ ਬਠਿੰਡਾ ਦੇ ਵਿੱਚ ਹੈ। ਸਾਡੇ ਨਾਲ ਅੰਮ੍ਰਿਤਾ ਵੜਿੰਗ ਜੀ ਨੇ ਜੋ ਰਾਜਾ ਵੜਿੰਗ ਜੀ ਦੇ ਧਰਮਪਤਨੀ ਨੇ ਲਗਾਤਾਰ ਪ੍ਰਚਾਰ ਕਰ ਰਹੇ ਨੇ, ਉਹਨਾਂ ਨਾਲ ਹੀ ਗੱਲ ਕਰਦੇ ਹਾਂ। ਮੈਡਮ, ਲਗਾਤਾਰ ਪ੍ਰਚਾਰ ਕਰ ਰਹੇ ਹੋ, ਕਿਸ ਤਰ੍ਹਾਂ ਦਾ ਰਿਸਪੌਂਸ ਬਠਿੰਡਾ ਦੇ ਪਿੰਡਾਂ 'ਚ ਮਿਲ ਰਿਹਾ? ਸਤਿ ਸ਼੍ਰੀ ਅਕਾਲ ਜੀ। ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ ਅਤੇ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਰਾਜਾ ਜੀ ਦੇ ਕੰਮਾਂ ਨੂੰ, ਰਾਜਾ ਜੀ ਨੂੰ ਵੋਟ ਪਾ ਰਹੇ ਹੈ। ਲੋਕ ਸਤਾਏ ਹੋਏ ਹੈ ਬਾਦਲਾਂ ਦੇ ਅਤੇ ਲੋਕ ਸੱਚ ਜਾਣ ਚੁੱਕੇ ਹੈ। ਅੱਜ ਸਮਾਂ ਹੈ, 23 ਤਰੀਕ ਨੂੰ ਤੁਸੀਂ ਵੇਖੋਗੇ ਰਿਜ਼ਲਟ ਆਊਗਾ। ਇਹ ਮੁਕਾਬਲਾ ਇੱਕ ਤਰਫਾ ਰਹੂਗਾ ਰਾਜਾ ਵੜਿੰਗ ਦੇ ਹੱਕ ਦੇ ਵਿੱਚ। ਬੀਬੀ ਬਾਦਲ ਜੀ ਨੇ 10 ਸਾਲ ਜਿਹੜੇ ਹੈਗੇ ਸਾਂਸਦ ਰਹੇ ਹੈਗੇ ਆ, ਤੁਹਾਨੂੰ ਕੀ ਲੱਗਦਾ ਹੈ ਕਿ 10 ਸਾਲ ਦੇ ਦੌਰਾਨ ਉਹਨਾਂ ਦਾ ਅਨੁਸਾਰ ਬਠਿੰਡਾ ਵਾਸਤੇ ਉਹ ਬਹੁਤ ਕੁਝ ਲੈ ਕੇ ਆਏ ਨੇ ਅਤੇ ਇਸ ਵਾਰ ਵੀ ਉਹ ਤੀਜੀ ਵਾਰ ਜਿਹੜਾ ਹੈਗਾ ਉਹ ਸੰਸਦ ਦੇ ਵਿੱਚ ਜਾਣਗੇ? ਉਹ ਲੈ ਕੇ ਆਏ ਹੈ, ਕੀ ਲੈ ਕੇ ਆਏ ਹੈ, ਕੀ ਲੈ ਕੇ ਆਏ ਤੁਸੀਂ ਕਹਿ ਰਹੇ ਹੋ ਲੈ ਕੇ ਆਏ ਹੈ? ਮੈਨੂੰ ਤਾਂ ਇੱਕ ਵੀ ਚੀਜ਼ ਨਜ਼ਰ ਕਹਿੰਦੇ ਕਿ ਮੈਂ ਏਮਸ ਲੈ ਕੇ ਆਈ ਹਾਂ। ਹੋਰ ਇੱਕ ਏਮਸ ਨੂੰ ਛੱਡ ਕੇ ਬੀਬਾ ਜੀ, 9 ਹਲਕੇ ਹੈ, 550 ਪਿੰਡ ਹੈ, ਇੱਕ ਇਕੱਲੇ ਏਮਸ ਨੂੰ ਛੱਡ ਕੇ ਕਿਸੇ ਹਲਕੇ ਦੇ ਵਿੱਚ ਬੀਬਾ ਜੀ ਇੱਕ ਦਵਾਨੀ ਦੀ ਚੀਜ਼ ਨਹੀਂ ਲੈ ਕੇ ਆਏ। ਇਹ ਤਾਂ ਗੱਲਾਂ ਲੈ ਕੇ ਆਉਣਾ ਵੱਡੀਆਂ ਚੀਜ਼ਾਂ ਤੋਂ ਬਹੁਤ ਦੂਰ ਦੀ ਗੱਲ ਹੈ। ਬੀਬਾ ਜੀ ਦੇ ਕੋਲ ਇੱਕ ਮਹਿਕਮਾ ਸੀ ਫੂਡ ਪ੍ਰੋਸੈਸਿੰਗ ਦਾ, ਬੀਬਾ ਜੀ ਦੀ ਸਰਕਾਰ ਸੀ ਸੈਂਟਰ 'ਚ, ਉਦੋਂ ਸੂਬੇ ਦੇ ਵਿੱਚ ਬਾਦਲ ਸਾਹਿਬ ਦੀ ਸਰਕਾਰ ਸੀ। ਬੀਬਾ ਜੀ ਨੂੰ ਕੋਈ ਵੀ ਆਪਦੇ ਮਹਿਕਮੇ 'ਚੋਂ ਕੋਈ ਇੰਡਸਟਰੀ ਲਿਆਉਣ ਲਈ ਕੋਈ ਰੋਕ ਨਹੀਂ ਸੀ ਸਕਦਾ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਬਠਿੰਡਾ ਹਲਕੇ ਦੇ ਅੰਦਰ 9 ਸ਼ਹਿਰ, 550 ਪਿੰਡ, ਕਿਸੇ ਥਾਂ 'ਤੇ ਵੀ ਬੀਬਾ ਜੀ ਦੀ ਮਿਨਿਸਟਰੀ 'ਚੋਂ ਇੱਕ 2 ਪੈਸੇ ਦੀ ਚੀਜ਼ ਇੱਥੇ ਨਹੀਂ ਆਈ। ਇਸ ਤੋਂ ਇਲਾਵਾ ਜਿੰਨੇ ਪਿੰਡ, ਅੱਜ ਮੈਂ 207 ਪਿੰਡ ਪੂਰੇ ਕਰ ਲੂੰਗੀ, ਮੈਨੂੰ ਇੱਕ ਵੀ ਪਿੰਡ ਦੇ ਵਿੱਚ ਬੇਸਿਕ ਇਨਫਰਾਸਟ੍ਰਕਚਰ ਨਜ਼ਰ ਨਹੀਂ ਆਇਆ। ਲੋਕ ਪੀਣ ਵਾਲਾ ਪਾਣੀ, ਸਕੂਲ, ਸੜਕਾਂ, ਇਹਨਾਂ ਨੂੰ ਹੀ ਰੋਈ ਜਾਂਦੇ ਆ। ਅਤੇ ਨਾਲ ਇੱਕ ਬੜੀ ਵੱਡੀ ਕੰਪਲੇਂਟ ਜਿਹੜੀ ਪਿੰਡਾਂ 'ਚੋਂ ਆ ਰਹੀ ਉਹ ਇਹ ਹੈ, ਕਹਿੰਦੇ ਜੀ ਇੰਨਾ ਸਤਾਇਆ ਬਾਦਲਾਂ ਨੇ ਝੂਠੇ ਪਰਚੇ ਕਰ ਕਰਕੇ ਕਿ ਅਸੀਂ ਘਰੋਂ ਨਿਕਲਣ ਜੋਗੇ ਨਹੀਂ। ਬਹੁਤ ਸਤਾਏ ਹੋਏ ਲੋਕ ਨੇ ਬਾਦਲਾਂ ਦੇ। ਤੁਹਾਨੂੰ ਲੱਗਦਾ ਕਿ ਇਸ ਵਾਰੀ ਸੁਖਪਾਲ ਖਹਿਰਾ ਵੀ ਜਿਹੜੇ ਹੈਗੇ ਆ ਚੋਣ ਮੈਦਾਨ ਦੇ ਵਿੱਚ ਹੈਗੇ ਆ, ਤੁਸੀਂ ਐਜ਼ ਕੈਂਡੀਡੇਟ ਉਹਨਾਂ ਨੂੰ ਕਿਵੇਂ ਵੇਖਦੇ ਹੈਗੇ ਉਹਨਾਂ 'ਤੇ? ਸੁਖਪਾਲ ਖਹਿਰਾ ਜੀ ਪਹਿਲਾਂ MLA ਸੀ ਕਾਂਗਰਸ ਪਾਰਟੀ ਤੋਂ, ਫਿਰ ਉਹਨਾਂ ਨੇ ਆਮ ਆਦਮੀ 'ਚ ਜੁਆਇਨ ਕੀਤੀ, ਉੱਥੋਂ ਬਣੇ MLA, ਹੁਣ ਉਹਨਾਂ ਨੇ ਫਿਰ ਉਹ ਪ੍ਰਧਾਨ ਵੀ ਰਹੇ ਆਮ ਆਦਮੀ ਪਾਰਟੀ ਪੰਜਾਬ ਦੇ। ਉਦੋਂ ਬਾਅਦ ਉਹਨਾਂ ਨੇ ਉਹ ਪਾਰਟੀ ਛੱਡ ਕੇ ਹੁਣ ਤੀਸਰੀ ਪਾਰਟੀ ਤੋਂ MP ਦਾ ਚੁਣਾਵ ਲੜ ਰਹੇ ਹੈ। ਮਤਲਬ ਬੰਦੇ ਨੂੰ ਇੰਨੇ ਸਾਲਾਂ 'ਚ ਇਹ ਨਹੀਂ ਪਤਾ ਲੱਗਿਆ ਮੇਰੇ ਵੀਰ ਨੂੰ ਕਿ ਮੇਰੀ ਪਾਰਟੀ ਕਿਹੜੀ ਹੈ ਅਤੇ ਮੈਂ ਚੋਣ ਕਿਹੜੀ ਪਾਰਟੀ ਤੋਂ ਲੜਨਾ। ਜਿਹੜੇ ਪੰਡੇ ਦੀ ਪਾਰਟੀ ਦੀ ਕਲੈਰਿਟੀ ਹੈ ਨਹੀਂ, ਉਹਨੂੰ ਤੁਸੀਂ ਕਿਸ ਤਰ੍ਹਾਂ ਦਾ ਉਮੀਦਵਾਰ ਸਮਝਦੇ ਹੋ ਤੁਸੀਂ ਆਪ ਹੀ ਸੋਚ ਲਓ। ਵਿਕਰਮ ਸਿੰਘ ਮਜੀਠੀਆ ਅਤੇ ਬੀਬੀ ਬਾਦਲ ਜਿਹੜੇ ਹੈਗੇ ਆ, ਲਗਾਤਾਰ ਰਾਜਾ ਵੜਿੰਗ ਜੀ ਦੇ ਉੱਤੇ ਪਰਸਨਲੀ ਅਟੈਕ ਜਿਹੜੇ ਹੈਗੇ ਬਹੁਤ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਹੈ, ਤੁਹਾਨੂੰ ਕੀ ਲੱਗਦਾ ਕਿ ਅਕਾਲੀ ਦਲ ਜਿਹੜਾ ਕਿਤੇ ਨਾ ਕਿਤੇ ਡਰਿਆ ਹੋਇਆ ਕਾਂਗਰਸ ਤੋਂ? ਬੀਬਾ ਜੀ ਬੜੇ ਸਿਆਣੇ ਹੈ, ਬੀਬਾ ਜੀ ਨੇ 10 ਸਾਲ MP ਰਹੇ ਨੇ, ਲੋਕਾਂ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਹੈ। ਜਿਨ੍ਹਾਂ ਲੋਕਾਂ ਨੇ ਸਾਰਾ ਪੰਜਾਬ ਲੁੱਟ ਕੇ ਖਾਧਾ ਹੈ, ਜਿਨ੍ਹਾਂ ਲੋਕਾਂ ਨੇ ਪੰਜਾਬ 'ਚ ਨਸ਼ੇ ਲਿਆਂਦੇ ਹੈ, ਜਿਨ੍ਹਾਂ ਲੋਕਾਂ ਨੇ ਸਾਡੇ ਗੁਰੂ ਦੀ ਪੱਗ ਨੂੰ ਹੱਥ ਪਾਇਆ, ਤੁਸੀਂ ਕੀ ਸੋਚਦੇ ਹੋ? ਉਹਨਾਂ ਦੇ ਕੋਲ ਰਾਜਾ ਜੀ ਦੇ ਖਿਲਾਫ ਕਹਿਣ ਨੂੰ ਇਕੱਲੇ ਬਿਆਨ ਹੈ। ਮਜੀਠੀਆ ਸਾਹਿਬ ਨੂੰ ਲੋਕ ਕੀ ਕਹਿੰਦੇ ਆ ਪੰਜਾਬ ਦੇ ਵਿੱਚ, ਮੈਨੂੰ ਦੱਸਣ ਦੀ ਲੋੜ ਨਹੀਂ, ਸਭ ਜਾਣਦੇ ਹੈ। ਉਹਨਾਂ ਦੇ ਖਿਲਾਫ ਪੰਜਾਬ ਸਾਰਾ ਬੋਲ ਰਿਹਾ ਔਰ ਲੋਕ ਚੀਕ ਚੀਕ ਕੇ ਕਹਿ ਰਹੇ ਕਿ ਅਸੀਂ ਦੁਖੀ ਹਾਂ ਬਾਦਲਾਂ ਤੋਂ, ਅਸੀਂ ਹੱਥ ਬੰਨ੍ਹ ਕੇ ਕੱਢਦੇ ਹਾਂ ਇਹਨਾਂ ਨੂੰ, ਮਸਾਂ ਕੱਢਿਆ ਕਹਿੰਦੇ ਸੂਬੇ 'ਚੋਂ ਅਤੇ ਹੁਣ ਇਹਨਾਂ ਨੂੰ ਇੱਥੋਂ ਕੱਢਾਂਗੇ। ਅਤੇ ਮਜੀਠੀਆ ਸਾਹਿਬ ਅਤੇ ਬੀਬਾ ਬਾਦਲ ਕੋਲ ਬਿਨਾਂ ਬਿਆਨਾਂ ਤੋਂ ਹੋਰ ਕੋਈ ਦਵਾਨੀ ਦੀ ਚੀਜ਼ ਨਹੀਂ। ਜਦੋਂ ਬੰਦਾ ਗਿਰ ਜੇ ਨਾ, ਉਦੋਂ ਪਰਸਨਲ ਅਟੈਕਸ ਕਰਦਾ। ਜਦੋਂ ਗਿਰ ਹੀ ਜਾਵੇ, ਜਦੋਂ ਹੋਰ ਉਹਨਾਂ ਕੋਲ ਕੋਈ ਗੱਲ ਹੀ ਨਹੀਂ, ਕੋਈ ਮੁੱਦਾ ਥੋੜ੍ਹੀ ਉਹਨਾਂ ਕੋਲ, ਪਰਸਨਲ ਅਟੈਕਸ ਪੋਲੀਟਿਕਸ ਵਿੱਚ ਕੀਤੇ ਜਾਂਦੇ ਹੈ, ਕਦੇ ਵੀ ਨਹੀਂ ਕੀਤੇ ਜਾਂਦੇ। ਪਰ ਉਹਨਾਂ ਦਾ ਮਿਆਦ ਇੰਨਾ ਗਿਰ ਚੁੱਕਿਆ ਹੈ ਕਿ ਉਹ ਪਰਸਨਲ ਅਟੈਕਸ ਕਰਦੇ ਅਤੇ, ਪਰ ਮੈਂ ਬੀਬਾ ਜੀ ਨੂੰ ਅਤੇ ਜਿਹੜਾ ਵੀ ਉਹਨਾਂ ਦੇ ਪਰਿਵਾਰ ਦਾ ਬੰਦਾ ਉਹਨਾਂ 'ਤੇ ਪਰਸਨਲ ਅਟੈਕਸ ਰਾਜਾ ਜੀ 'ਤੇ ਕਰਦਾ, ਇੱਕ ਗੱਲ ਚੰਗੀ ਤਰ੍ਹਾਂ ਸਮਝ ਲਓ, ਇੱਕ ਛੱਡ ਕੇ 20 ਅਟੈਕਸ ਕਰੋ, ਤੁਸੀਂ ਜਨਤਾ ਨੂੰ ਗੁੰਮਰਾਹ ਨਹੀਂ ਕਰ ਸਕਦੇ। ਜਨਤਾ ਬਹੁਤ ਸਿਆਣੀ ਹੋ ਗਈ, ਬਹੁਤ ਅਵੇਅਰ ਹੋ ਗਈ, ਜੋ ਮਰਜ਼ੀ ਕਰੀ ਚੱਲੋ, 23 ਤਰੀਕ ਨੂੰ ਰਿਜ਼ਲਟ ਆਊਗਾ, ਸਾਰੇ ਵੇਖਾਂਗੇ। ਇਹ ਮੁਕਾਬਲਾ ਇੱਕ ਤਰਫਾ ਰਹੂ। 50 ਲੱਖ ਦੇ ਕਰੀਬ ਵਿਦੇਸ਼ਾਂ ਦੇ ਵਿੱਚ ਪੰਜਾਬੀ ਬੈਠੇ ਨੇ, ਠੀਕ ਹੈ, ਉਹਨਾਂ ਦੇ ਵਿੱਚ ਇਸ ਸਮੇਂ ਆਪਾਂ ਗੱਲ ਕਰੀਏ ਬਠਿੰਡਾ ਸੀਟ ਤੋਂ, ਸੁਖਪਾਲ ਖਹਿਰਾ ਅਤੇ ਰਾਜਾ ਵੜਿੰਗ ਜੀ ਨੂੰ ਉਹ ਵੇਖਦੇ ਪਏ ਨੇ, ਕੀ ਕਹੋਗੇ ਉਹਨਾਂ ਬਾਰੇ? ਦੇਖੋ, NRIs ਹੈ ਨਾ ਜਿਹੜੇ, ਉਹ ਬੜੇ ਸੂਝਵਾਨ ਹੈ, ਬੜੇ ਸਮਝਦਾਰ ਹੈ, ਉਹਨਾਂ ਨੂੰ ਪਤਾ ਹੈ ਕਿ ਸਰਕਾਰਾਂ ਕਿਵੇਂ ਕੰਮ ਕਰਦੀਆਂ, ਕੈਂਡੀਡੇਟਸ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ। ਅਤੇ ਰਾਜਾ ਜੀ ਨੇ ਨਾ ਗਿੱਦੜਵਾ ਜਦੋਂ ਜਿੱਤਿਆ ਪਹਿਲੀ ਵਾਰ, ਅਤੇ ਉਸ ਸੀਟ ਨੂੰ ਵੀ NRIs ਬੜੇ ਧਿਆਨ ਨਾਲ ਵੇਖ ਰਹੇ ਸੀ। ਅਤੇ ਉਦੋਂ ਬਾਅਦ ਜਿਹੜੇ ਰਾਜਾ ਜੀ ਨੇ ਕੰਮ ਕੀਤੀ ਹੈ ਗਿੱਦੜਵਾ ਦੇ ਵਿੱਚ, ਜੋ ਡਿਵੈਲਪਮੈਂਟ ਕੀਤੀ ਹੈ, ਉਸ 'ਤੇ ਵੀ NRIs ਨਿਗ੍ਹਾ ਰੱਖਦੇ ਹੈ।
ਤੇ ਓਬਵੀਅਸਲੀ ਉਹ ਕੰਮਾਂ 'ਤੇ ਨਿਗਾਹ ਰੱਖਦੇ, ਉਹ ਚਾਹੁੰਦੇ ਹੈ ਕਿ ਇੱਕ ਸਿਆਣਾ ਉਮੀਦਵਾਰ ਜਿੱਤ ਕੇ ਆਵੇ ਅਤੇ ਬਾਦਲਾਂ ਨੂੰ ਘਰੇ ਭਾਵੇ। NRIs ਇਹ ਚਾਹੁੰਦੇ ਹੈ, NRIs ਬੜੇ ਸੂਝਵਾਨ ਹੁੰਦੇ ਹੈ, ਉਹ ਕੋਈ ਗਲਤ ਨਹੀਂ ਸੋਚ ਰਹੇ, ਉਹ ਬਿਲਕੁਲ ਸਹੀ ਸੋਚਦੇ। ਰਾਜਾ ਵੜਿੰਗ ਜੀ ਜੇ ਜਿੱਤ ਜਾਂਦੇ ਨੇ ਤਾਂ ਗਿੱਦੜਬਾਹ ਤੋਂ ਅਸੀਂ ਤੁਹਾਨੂੰ ਐਜ਼ MLA ਜ਼ਮੀਨੀ ਚੋਣ ਦਿਖਾਂਗੇ ਲੜਦੇ ਹੋਏ? ਮੈਂ ਇਸ ਗੱਲ ਬਾਰੇ ਬਿਲਕੁਲ ਨਹੀਂ ਸੋਚਿਆ। ਹਜੇ ਜਿਵੇਂ ਕਹਿੰਦੇ ਨਾ, ਅਰਜੁਨ ਨੇ ਤੀਰ ਆਪਦਾ ਅੱਖ 'ਤੇ ਚਲਾਉਣਾ ਸੀ। ਹਜੇ ਮੇਰੇ ਲਈ ਅੱਖ 19 ਤਰੀਕ ਹੈ, 19 ਤਰੀਕ ਤੱਕ ਮੇਰੇ ਦਿਮਾਗ 'ਚ ਕੁਛ ਨਹੀਂ, ਇਲੈਕਸ਼ਨ ਜਿੱਤੇ ਆਈਏ, ਇਹ ਉਦੋਂ ਬਾਅਦ ਦੀਆਂ ਗੱਲਾਂ। ਮੇਰਾ ਆਖਰੀ ਸਵਾਲ, ਲੋਕ ਬਠਿੰਡੇ ਦੇ ਰਾਜਾ ਵੜਿੰਗ ਜੀ ਨੂੰ ਵੋਟ ਕਿਉਂ ਪਾਉਣ? ਲੋਕ ਰਾਜਾ ਵੜਿੰਗ ਜੀ ਨੂੰ ਵੋਟ ਇਸ ਲਈ ਪਾਉਣ, ਲੋਕ ਰਾਜਾ ਵੜਿੰਗ ਜੀ ਦੇ ਕੰਮ ਵੇਖਣ, ਜੋ ਗਿੱਦੜਵਾਹ ਦੇ ਵਿੱਚ ਇੱਕ ਛੋਟੀ ਜਿਹੀ ਇਗਜ਼ੈਂਪਲ ਸੈੱਟ ਕੀਤੀ ਹੈ ਕੰਮ ਕਰਕੇ ਆਪਦਾ, ਇੱਕ ਰਾਜਾ ਜੀ ਦਾ ਜੋ ਜਿਸ ਤਰ੍ਹਾਂ ਦੇ ਇਨਸਾਨ ਹੈ, ਲੋਕਾਂ ਦੇ ਵਿੱਚ ਵਿਚਰਦੇ, ਇੱਕ ਪੁੱਤ ਬਣ ਕੇ ਵਿਚਰਦੇ, ਇੱਕ ਭਰਾ ਬਣ ਕੇ ਵਿਚਰਦੇ ਹੈ, ਉਹ ਇਗਜ਼ਾਮਪਲ ਦੇਖਣ। ਇਹ ਨਹੀਂ ਕਿ ਲੋਕਾਂ ਦੀਆਂ ਵੋਟਾਂ ਲੈ ਲਈਆਂ ਅਤੇ ਫਿਰ ਲੋਕਾਂ ਨੂੰ ਕੀੜੇ ਮਕੌੜੇ ਸਮਝਣ ਲੱਗ ਪਓ ਅਤੇ ਆਪ ਤਾਂ ਜਾ ਕੇ ਬੈਠ ਜਾਓ ਅਤੇ ਲੋਕਾਂ ਨੂੰ ਨਸ਼ਿਆਂ 'ਤੇ ਲਾ ਦਿਓ। ਇਹ ਕੰਮ ਨਹੀਂ, ਕੋਈ ਚੁੰਨੀ ਵਟਾ ਕੇ ਵੋਟ ਨਹੀਂ ਲੈਣੀ, ਕੋਈ ਨੋਟ ਦੇ ਕੇ ਵੋਟ ਨਹੀਂ ਲੈਣੀ, ਸੱਚ ਦੇ ਆਧਾਰ 'ਤੇ, ਵਿਕਾਸ ਦੇ ਆਧਾਰ 'ਤੇ ਵੋਟ ਲੈਣੀ ਹੈ। ਲੋਕ ਜਾਣਦੇ ਹੈ ਕਿ ਜੋ ਰਾਜਾ ਵੜਿੰਗ ਵਾਅਦਾ ਕਰੂਗਾ, ਜਿਵੇਂ ਗਿੱਦੜਬਾਹ 'ਚ ਪੂਰੇ ਕੀਤੇ, ਉਵੇਂ ਇੱਥੇ ਆ ਕੇ ਵੀ ਪੂਰਾ ਕਰੂਗਾ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ।